ਸਾਰੇ ਨੂੰ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜਿਹੜੇ ਆਪਾਂ ਹੈਲਥ ਐਂਡ ਡੈਂਟਲ ਪਲਾਨ ਖਰੀਦਣ ਦੀ ਸੋਚਦੇ ਆਂ ਕਿਵੇਂ ਕੰਮ ਕਰਦੇ ਇਹੋ ਕਿੰਨੇ ਮਹਿੰਗੇ ਹੈ ਉਹ ਸਾਰੀ ਇਨਫਾਰਮੇਸ਼ਨ ਇਸ ਵੀਡੀਓ ਦੇ ਵਿੱਚ ਐਕਸਪਲੇਨ ਕੀਤੀ ਹੋਈ ਹੈ ਹੈਲਥ ਐਂਡ ਡੈਂਟਲ ਦੇ ਵਿੱਚ ਜਿਵੇਂ ਆਪਾਂ ਦਵਾਈਆਂ ਲੈਣੀਆਂ ਹੁੰਦੀਆਂ ਨੇ ਆਪਾਂ ਦੰਦਾਂ ਦਾ ਇਲਾਜ ਕਰਾਉਣਾ ਹੁੰਦਾ ਆਪਾਂ ਕੋਈ ਕੈਰੋਪ੍ਰੈਕਟਰ ਕੋਲੇ ਜਾਣਾ ਆਪਾਂ ਕੋਈ ਮ사ਜ ਕਰਾਉਣੀ ਹੈ ਜਿਹੜੀਆਂ ਚੀਜ਼ਾਂ ਆਪਣੇ ਹੈਲਥ ਕਾਰਡ ਦੇ ਉੱਤੇ ਨਹੀਂ ਕਵਰ ਹੁੰਦੀਆਂ ਉਹ ਬੈਨੀਫਿਟ ਪਲਾਨ ਦੇ ਵਿੱਚ ਕਵਰ ਹੁੰਦੀਆਂ ਤੇ ਉਹ ਬੈਨੀਫਿਟ ਪਲਾਨ ਆਪਾਂ ਕਿਵੇਂ ਬਣਾਉਣਾ ਹੈ ਕਿਵੇਂ ਵੇਖਣਾ ਹੈ ਵੀ ਕਿੰਨੇ ਦਾ ਪੈਂਦਾ ਹੈ ਕੀ ਕੁਝ ਕਵਰ ਹੈ ਉਹ ਸਾਰੀ ਇਨਫੋਰਮੇਸ਼ਨ ਇਸ ਵੀਡੀਓ ਦੇ ਵਿੱਚ ਐਕਸਪਲੇਨ ਕੀਤੀ ਹੋਈ ਹੈ ਪੂਰੀ ਵੀਡੀਓ ਨੂੰ ਧਿਆਨ ਨਾਲ ਦੇਖੋ ਸੋ ਵੈਬਸਾਈਟ ਓਪਨ ਕਰਨੀ ਹੈ ਤੁਸੀਂ bhfslides.com ਉਸ ਤੋਂ ਬਾਅਦ ਆ ਤਿੰਨ ਲਾਈਨਾਂ ਨੇ ਜਿਹੜੀਆਂ ਇਹਨਾਂ ਤੇ ਕਲਿੱਕ ਕਰ ਦੇਣਾ ਇਹਨਾਂ ਤੇ ਕਲਿੱਕ ਕਰਨ ਤੋਂ ਬਾਅਦ ਇੱਥੇ ਅਸੀਂ ਇੰਸ਼ੋਰੈਂਸ ਤੇ ਕਲਿੱਕ ਕਰ ਦੇਣਾ ਹੈ ਇਨ ਟੂਰਿਸਟ ਕਲਿਕ ਕਰਨ ਤੋਂ ਬਾਅਦ ਇਹ ਪੇਜ ਤੁਹਾਡੇ ਸਾਹਮਣੇ ਓਪਨ ਹੋ ਗਿਆ। ਇਹਦੇ ਵਿੱਚ ਆ ਦੇਖੋ ਟੇਬਲ ਬਣੇ ਹੋਏ ਆ ਅਲੱਗ-ਅਲੱਗ ਇੰਸ਼ੂਰੈਂਸ ਹਸ ਤੇ। ਸੋ ਇੱਥੇ ਆਪਾਂ ਹੈਲਥ ਐਂਡ ਡੈਂਟਲ ਬੈਨੀਫਿਟ ਦੇ ਟੇਬਲ ਤੇ ਪਹੁੰਚ ਚੁੱਕੇ ਹਾਂ। ਹੈਲਥ ਐਂਡ ਡੈਂਟਲ ਬੈਨੀਫਿਟ ਪਲਾਨਸ। ਇਹਦੇ ਵਿੱਚ ਦੋ ਕੰਪਨੀਆਂ ਦੇ ਆਪਾਂ ਲਾਏ ਹੋਏ ਆ ਇੱਕ ਮੈਨੂ ਲਾਈਫ ਹੈ ਤੇ ਇੱਕ ਹੈਗੀ ਜੀਐਮਐਸ। ਜੀਐਮਐਸ ਤੇ ਪਲਾਨ ਜਿਹੜਾ ਸਸਤਾ ਹੈ। ਸੋ ਇੱਥੇ ਜੀਐਮਐਸ ਤੇ ਕਲਿੱਕ ਕਰ ਦਿਓ। ਜੀਐਮਐਸ ਤੇ ਕਲਿੱਕ ਕਰਨ ਤੋਂ ਬਾਅਦ ਇੱਥੇ ਤੁਸੀਂ ਆਪਣੀ ਇਨਫੋਰਮੇਸ਼ਨ ਫਿਲ ਕਰਨੀ ਹੈ। ਜਿਵੇਂ ਮੰਨ ਲਓ ਤੁਹਾਡੀ ਏਜ 35 ਤੋਂ 44 ਸਾਲ ਦੇ ਵਿੱਚ ਹੈ ਇੱਕ ਜਾਨੇ ਵਾਸਤੇ ਅਸੀਂ ਪਲਾਨ ਬਣਾ ਰਹੇ ਹਾਂ ਅੰਡੈਰੀ ਵਿੱਚ ਸੀ ਰਹਨੇ ਹੋ ਐਫੈਕਟਿਵ ਡੇਟ ਮੰਨ ਲਓ ਤੁਸੀਂ 25 ਦਸੰਬਰ ਤੋਂ ਸ਼ੁਰੂ ਕਰਨਾ ਹੈ ਪਲਾਨ ਨੈਕਸਟ ਕੁਐਸਚਨ ਇਹ ਪੁੱਛਦਾ ਸਾਨੂੰ ਆਰ ਯੂ ਲੂਜ਼ਿੰਗ ਕਵਰੇਜ ਆਫਰਡ ਥਰੂ ਅ ਗਰੁੱਪ ਬੈਨੀਫਿਟ ਪਲਾਨ ਹੈ ਮੰਨ ਲਓ ਤੁਸੀਂ ਕਿਤੇ ਜੌਬ ਕਰਦੇ ਸੀ ਐਮਜ਼ਨ ਜੌਬ ਕਰਦੇ ਸੀ ਉੱਥੋਂ ਤੁਸੀਂ ਛੱਡਤੀ ਤਾਂ ਉਹਨਾਂ ਨੇ ਤੁਹਾਡੀ ਜਿਹੜੀ ਕਵਰੇਜ ਹੈ ਉਹ ਵੀ ਬੰਦ ਕਰ ਦੇਣੀ ਹੈ ਜਾਂ ਉਹ ਕਹਿਣਗੇ ਤੁਸੀਂ ਇੰਡੀਵਿਜੁਅਲ ਲੈ ਲਓ ਆਪਣੀ ਉਹਨਾਂ ਵਾਸਤੇ ਕੁਐਸਚਨ ਹੈ ਅਦਰਵਾਈਜ਼ ਯਾ ਨੋ ਕਰ ਦਿਓ ਉਸ ਤੋਂ ਬਾਅਦ ਇੱਥੇ ਤਿੰਨ ਪਲਾਨ ਜੀ ਮੈਂ ਸਫਰ ਕਰਦਾ ਹੈ ਇੱਕ ਕਾਮਨ ਨਹੀਂ ਹੈਗਾ ਐਕਸਟੈਂਡਡ ਹੈਗਾ ਇੱਕ ਹੈਗਾ ਬੇਸਿਕ ਸੋ ਤਿੰਨੇ ਪਲਾਨ ਨੂੰ ਆਪਾਂ ਪਹਿਲਾਂ ਕੰਪੇਅਰ ਕਰਾਂਗੇ ਕੰਪੇਅਰ ਤੇ ਕਲਿੱਕ ਕਰ ਦਿਓ ਕੰਪੇਅਰ ਤੇ ਕਲਿੱਕ ਕਰਨ ਤੋਂ ਬਾਅਦ ਸਾਡੇ ਸਾਹਮਣੇ ਪੀਡੀਐਫ ਓਪਨ ਹੋ ਗਿਆ ਇੱਕ ਇਹ ਡਾਕੂਮੈਂਟ ਹੈ ਦੇ ਵਿੱਚ ਪਲਾਨ ਐਕਸਪਲੇਨ ਕੀਤੇ ਹੋਏ ਆ ਸੋ ਪਹਿਲੀ ਕਵਰੇਜ ਹੈ ਕਿ ਜਿਹੜੀ ਵਿਜ਼ਨ ਕੇਅਰ ਇਹ ਦੇਖੋ ਵਿਜ਼ਨ ਕੇਅਰ ਹੈ ਵਿਜ਼ਨ ਕੇਅਰ ਹੈਗੀ ਜਿਹੜੀ ਇਹ ਬੇਸਿਕ ਦੇ ਵਿੱਚ ਅਵੇਲੇਬਲ ਨਹੀਂ ਹੈ ਇਹ ਐਕਸਟੈਂਡਡ ਦੇ ਵਿੱਚ ਅਵੇਲੇਬਲ ਹੈ ਦੂਸਰੀ ਕਵਰੇਜ ਹੈਗੀ ਜਿਹੜੀ ਮ사ਜ ਹੋਗੀ ਕੈਰੋਪ੍ਰੈਕਟਰ ਹੋ ਗਿਆ ਇਹ ਬੇਸਿਕ ਦੇ ਵਿੱਚ ਸਾਲ ਦਾ ਆਪਾਂ 250 ਡਾਲਰ ਤੱਕ ਦਾ ਕਲੇਮ ਪਾ ਸਕਦੇ ਹਾਂ 250 ਡਾਲਰ ਤੱਕ ਦੀ ਆਪਾਂ ਮ사ਜ ਕਰਾ ਸਕਦੇ ਹਾਂ ਐਕਸਟੈਂਡਡ ਦੇ ਵਿੱਚ ਸਾਲ ਦਾ 350 ਹੈ ਪਰ ਜਿਹੜਾ ਹੈਗਾ ਓਮਨੀ ਪਲਾਨ ਉਹਦੇ ਵਿੱਚ ਸਾਲ ਦਾ 300 ਪਰ ਸਪੈਸ਼ਲਿਸਟ ਹੈ ਇਹਦਾ ਮੀਨਿੰਗ ਇਹ ਹੈ ਵੀ ਕੈਰੋਪ੍ਰੈਕਟਰ ਕੋਲ ਵੀ 300 ਖਰਚ ਕਰ ਸਕਦੇ ਹਾਂ ਅਸੀਂ ਮਸਾਜ ਵਾਲੇ ਕੋਲੇ 300 ਅਲੱਗ ਕਰ ਸਕਦੇ ਆ ਅਸੀਂ ਨੈਚੁਰੋਪੈਥ ਕੋਲੇ 300 ਅਲੱਗ ਅਸੀਂ ਖਰਚ ਕਰ ਸਕਦੇ ਆ ਡਾਇਟੀਸ਼ਨ ਕੋਲੇ ਅਲੱਗ ਖਰਚ ਕਰ ਸਕਦੇ ਆ ਪਰ ਇਹਦੇ ਵਿੱਚ ਬੇਸਿਕ ਦੇ ਵਿੱਚ 250 ਡਾਲਰ ਸਾਲ ਦਾ ਸਾਰਿਆਂ ਦਾ ਕੰਬਾਈਨਡ ਹੈ ਉਸ ਤੋਂ ਬਾਅਦ ਆ ਗਈਆਂ ਸਪੀਚ ਦੀਆਂ ਜਿਹੜੀਆਂ ਸਪੀਚ ਥੈਰਾਪਿਸਟ ਹੁੰਦੇ ਆ ਉਹਨਾਂ ਦੀਆਂ ਜਿਹੜੇ ਮਤਲਬ 45 ਡਾਲਰ ਪਰ ਵਿਜ਼ਿਟ ਕਵਰ ਹੈ 5 ਵਿਜ਼ਿਟਸ ਉਹ ਹੈ ਉਸ ਤੋਂ ਬਾਅਦ ਆ ਸਾਰੀਆਂ ਕਵਰੇਜ ਇਹਨਾਂ ਨੇ ਇੱਥੇ ਐਕਸਪਲੇਨ ਕੀਤੀਆਂ ਹੋਈਆਂ ਨੇ ਇਹ ਆਪਾਂ ਪੜ ਸਕਦੇ ਆ ਕਿ ਕਰਕੇ ਐਕਸੀਡੈਂਟਲ ਡੈਂਟਲ 5000 ਡਾਲਰ ਕਵਰ ਹੈ ਡੈਂਟਲ ਦਾ ਐਕਸੀਡੈਂਟਲ ਦਾ ਜੇਕਰ ਐਕਸੀਡੈਂਟ ਹੋ ਕੇ ਸੱਟ ਲੱਗ ਜਿੰਦਾ ਤੇ ਇਹਦੇ ਵਿੱਚ ਓਮਨੀ ਦੇ ਵਿੱਚ 5000 ਹੈ ਇੰਜਰੀ ਦੂਜੇ ਦੇ ਵਿੱਚ 2000 ਹੈ ਤੇ ਜਿਹੜਾ ਹੈਗਾ ਬੇਸਿਕ ਇਹਦੇ ਵਿੱਚ 500 ਡਾਲਰ ਹੈ ਸੋ ਇਸੇ ਤਰ੍ਹਾਂ ਇਹ ਸਾਰੀਆਂ ਕਵਰੇਜ ਨੇ ਐਕਸਪਲੇਨ ਕੀਤੀਆਂ ਹੋਈਆਂ ਨੇ ਜੇ ਆਪਾਂ ਦਵਾਈਆਂ ਦੀ ਕਵਰੇਜ ਲੈਣੀ ਹੈ ਨਾਲ ਤਾਂ ਉਹ ਐਡੀਸ਼ਨਲ ਕਵਰੇਜ ਦੇ ਤੌਰ ਤੇ ਅਵੇਲੇਬਲ ਹੈਗੀ ਨਾਲ ਉਹ ਮੈਂ ਐਡ ਕਰਨੀ ਦੱਸਾਂਗਾ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਜਾ ਕੇ ਕਿਵੇਂ ਐਡ ਕਰਨੀ ਹੈ ਬੇਸਿਕ ਹੈਗੀ ਇੱਕ ਇੱਕ ਹੈਗੀ ਐਨਹੈਂਸ ਜਿਹੜੀ ਬੇਸਿਕ ਹੈਗੀ ਐ ਉਹਦੇ ਵਿੱਚ 3500 ਡਾਲਰ ਦੀਆਂ ਦਵਾਈਆਂ ਕਵਰ ਨੇ ਸਾਲ ਦੀਆਂ ਤੇ ਜਿਹੜੀ ਐਨਹੈਂਸ ਹੈਗੀ ਐ ਇਹਦੇ ਵਿੱਚ 5000 ਡਾਲਰ ਦੀਆਂ ਇਹਦੇ ਵਿੱਚ 5000 ਡਾਲਰ ਦੀਆਂ ਉਹ ਚੀਜ਼ਾਂ ਜਿਹੜੀਆਂ ਦਵਾਈਆਂ ਜਿਹੜੀ ਮੈਡੀਸਨ ਕੋਈ ਸਾਡੀ ਚੱਲ ਨਹੀਂ ਰਹੀ ਪਹਿਲਾਂ ਤੋਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ 100% ਅਸੀਂ ਸਹੀ ਹੈ ਪਰ ਕੋਈ ਅਚਾਨਕ ਪ੍ਰੋਬਲਮ ਆ ਜਾਂਦੀ ਹੈ ਡਾਕਟਰ ਕਹਿੰਦਾ ਤੁਹਾਨੂੰ ਦਵਾਈ ਖਾਣੀ ਪਊਗੀ ਤਾਂ ਉਹ ਜਿਹੜੀ ਹੈਗੀ ਆ ਉਹ ਪ੍ਰੀਐਗਜ਼ਿਸਟਿੰਗ ਹੈਲਥ ਕੰਡੀਸ਼ਨ ਤੇ ਨੋਨ ਪ੍ਰੀਐਗਜ਼ਿਸਟਿੰਗ ਹੈਲਥ ਕੰਡੀਸ਼ਨ ਵਾਲਾ ਕਲਾਸ ਆ ਜਾਂਦਾ ਜਿਹੜੀ 3500 ਹੈ ਨੋਨ ਪ੍ਰੀਐਗਜ਼ਿਸਟਿੰਗ ਵਾਲੀ ਹੈ ਪਰ ਜਿਹੜਾ ਐਨਹੈਂਸ ਆ ਉਹਦੇ ਵਿੱਚ 5000 ਨੋਨ ਪ੍ਰੀਐਗਜ਼ਿਸਟਿੰਗ ਵਾਲੀ 800 ਪ੍ਰੀਐਗਜ਼ਿਸਟਿੰਗ ਵਾਲੀ ਹੈ ਇਸੇ ਤਰ੍ਹਾਂ ਡੈਂਟਲ ਹੈ ਡੈਂਟਲ ਵੀ ਅਸੀਂ ਐਡ ਕੀਤਾ ਜਾ ਸਕਦਾ ਜਿਹੜਾ ਸਾਲ ਦਾ 500 ਡਾਲਰ ਕਵਰ ਕਰਦੇ ਪਹਿਲੇ ਸਾਲ ਦੂਜੇ ਸਾਲ 750 ਤੀਜੇ ਸਾਲ ਜਿਹੜਾ ਹੈਗਾ 1000 ਇਹਦੇ ਵਿੱਚ ਬੇਸਿਕ ਹੈਗਾ ਮੇਜਰ ਸਰਵਿਸেস ਹੈਗੀਆਂ ਨੇ ਦੂਜੇ ਸਾਲ ਤੀਸਰੇ ਸਾਲ ਵੀ ਮੇਜਰ ਸਰਵਿਸেস ਕਵਰ ਹੈਗੀਆਂ ਨੇ ਸੋ ਇਸੇ ਤਰ੍ਹਾਂ ਟਰੈਵਲ ਇੰਸ਼ੋਰੈਂਸ ਆ ਗਈ ਦੇ ਵਿੱਚ ਟਰੈਵਲ ਇੰਸ਼ੋਰੈਂਸ ਵੀ ਲਈ ਜਾ ਸਕਦੀ ਹੈ 2 ਮਿਲੀਅਨ ਦੀ ਕਵਰੇਜ ਮਿਲ ਜਾਂਦੀ ਹੈ ਉਸ ਤੋਂ ਬਾਅਦ ਆ ਗਿਆ ਹਸਪੀਟਲ ਕੈਸ਼ ਹੁਣ ਜੇਕਰ ਤੁਸੀਂ ਹਸਪੀਟਲ ਦੇ ਵਿੱਚ ਪੈ ਗਏ ਬਿਮਾਰ ਹੋ ਗਏ ਤੁਹਾਨੂੰ 100 ਡਾਲਰ ਪਰ ਡੇ ਮਿਲ ਜੇਗਾ ਇਹ ਕਵਰੇਜ ਹੈ ਜਿਹੜੀ ਇਹ ਐਡੀਸ਼ਨਲ ਬੈਨੀਫਿਟ ਦੇ ਤੌਰ ਦੇ ਉੱਤੇ ਅਵੇਲੇਬਲ ਹੈਗੀ ਹੈ ਸੋ ਇਹ ਆਪਾਂ ਕਿਵੇਂ ਪ੍ਰਾਈਸ ਦਾ ਚੈੱਕ ਕਰਨਾ ਹੈ ਉਹ ਆਪਾਂ ਦੇਖਦੇ ਹਾਂ ਹੁਣ ਉਹਦੇ ਵਿੱਚ ਮੈਂ ਪੀਡੀਐਫ ਨੂੰ ਬੰਦ ਕਰਤਾ ਸੀ ਪਰ ਮੈਂ ਹੁਣ ਜਿਹੜਾ ਹੈਗਾ ਪਲਾਨ ਸਿਲੈਕਟ ਕਰਲੇ ਪੇਜ ਤੇ ਉਹਦੇ ਤੇ ਫੇਰ ਆ ਗਿਆ ਇੱਥੇ ਤੁਸੀਂ ਬੇਸਿਕ ਤੇ ਕਲਿੱਕ ਕਰ ਦਿਓ ਬੇਸਿਕ ਤੇ ਕਲਿੱਕ ਕਰਨ ਤੋਂ ਬਾਅਦ ਇੱਥੇ ਤੁਸੀਂ ਜਿਹੜਾ ਹੈਗਾ ਜੇਕਰ ਤੁਸੀਂ ਇਹਦੇ ਵਿੱਚ ਮੈਡੀਸਿਨ ਐਡ ਕਰਨੀ ਹੈ ਤਾਂ ਡਰਗ ਤੇ ਕਲਿੱਕ ਕਰ ਦਿਓ ਬੇਸਿਕ ਡਰਗ ਐਡ ਕਰਨੀ ਤਾਂ ਬੇਸਿਕ ਤੇ ਫੇਰ ਕਲਿੱਕ ਕਰ ਦਿਓ ਉਸ ਤੋਂ ਬਾਅਦ ਜਿਵੇਂ ਹੁਣ ਇੱਥੇ ਦੇਖੋ ਪ੍ਰਾਈਸ ਆ ਗਿਆ ਆਪਣਾ 41 ਡਾਲਰ ਮਹੀਨੇ ਦਾ 41 ਡਾਲਰ ਮਹੀਨੇ ਦੇ ਵਿੱਚ ਤੁਹਾਨੂੰ ਪੇ ਕਰਕੇ ਤੁਹਾਨੂੰ 250 ਡਾਲਰ ਸਾਲ ਦਾ ਮ사ਜ ਵਗੈਰਾ ਵਾਸਤੇ ਮਿਲ ਗਿਆ ਹੋਰ ਬਹੁਤ ਸਾਰੇ ਨਾਲ ਬੈਨੀਫਿਟ ਮਿਲ ਗਏ ਤੁਹਾਨੂੰ 3000 ਡਾਲਰ ਦੀਆਂ ਸਾਲ ਦੀਆਂ ਦਵਾਈਆਂ ਮਿਲ ਗਈਆਂ ਆ ਸੌਰੀ 3500 ਡਾਲਰ ਦੀਆਂ ਸਾਲ ਦੀਆਂ ਦਵਾਈਆਂ ਮਿਲ ਗਈਆਂ ਸੋ ਇਸ ਤਰ੍ਹਾਂ ਕਵਰੇਜ ਦੇ ਵਿੱਚ ਇਹ ਸਭ ਕੁਝ ਇਨਕਲੂਡਡ ਹੈ ਜੇ ਅਸੀਂ ਡੈਂਟਲ ਐਡ ਕਰਨਾ ਚਾਹੁੰਦੇ ਉਹਦੇ ਚ ਇੱਥੇ ਡੈਂਟਲ ਤੇ ਕਲਿੱਕ ਕਰ ਦਿਓ ਜੇ ਤੁਸੀਂ ਡੈਂਟਲ ਤੇ ਕਲਿੱਕ ਕਰਤਾ ਤਾਂ ਪ੍ਰਾਈਸ ਹੋ ਜਾਣਾ 112 ਡਾਲਰ ਸੋ ਇਹਦੇ ਵਿੱਚ ਡੈਂਟਲ ਵੀ ਹੁਣ ਕਵਰ ਹੋ ਗਿਆ ਜੋ ਵੀ ਐਡ ਕਰਨਾ ਸੀ ਕਰ ਸਕਦੇ ਹੋ 1 ਬਾਈ 1 ਹਰ ਇੱਕ ਜੀ ਐਡ ਕਰਕੇ ਤੁਸੀਂ ਇੱਥੇ نیچے ਪ੍ਰਾਈਸ ਆੜਾ ਦੇਖੀ ਜਾਓਗੇ ਠੀਕ ਹੈ ਇਹ ਪ੍ਰਾਈਸ ਆ ਹੀ ਜਾਏਗਾ ਇਹਨੂੰ ਤੁਸੀਂ ਇੱਥੋਂ ਈਮੇਲ ਵੀ ਕਰ ਸਕਦੇ ਹੋ ਜੇ ਈਮੇਲ ਕਰਨਾ ਚਾਹੁੰਦੇ ਹੋ ਜੇ ਅਸੀਂ ਬਾਏ ਕਰਨਾ ਹੈ ਮੰਨ ਲਓ ਤਾਂ ਬਾਏ ਨਾ ਉੱਤੇ ਕਲਿੱਕ ਕਰ ਦਿਓ ਬਾਏ ਨਾ ਉੱਤੇ ਕਲਿੱਕ ਕਰਨ ਤੋਂ ਬਾਅਦ ਇੱਥੇ ਤੁਹਾਨੂੰ ਪੁੱਛਿਆ ਜਾਏਗਾ ਕਿ ਤੁਹਾਡੇ ਕੋਲ ਹੈਲਥ ਕਵਰੇਜ ਹੈਗੀ ਹੈ ਪ੍ਰੋਵਿੰਸ ਦੀ ਤਾਂ ਇੱਥੇ ਜੈਸ ਕਰ ਦਿਓ ਇੱਥੇ ਤੁਸੀਂ ਆਪਣੀ ਡੇਟ ਆਫ ਬਰਥ ਫਰਸਟ ਨੇਮ ਲਾਸਟ ਨੇਮ ਸਾਰੀ ਇਨਫੋਰਮੇਸ਼ਨ ਭਰਨੀ ਹੈ ਉਸ ਤੋਂ ਬਾਅਦ ਇੱਥੇ ਸੀ ਐਡ ਸਪਾਊਸ অর ਡਿਪੈਂਡੈਂਟ ਹੁਣ ਤੁਸੀਂ ਇਹ ਪਲਾਨ ਆਪਣੇ ਵਾਸਤੇ ਵੀ ਲੈ ਸਕਦੇ ਹੋ ਜੇਕਰ ਤੁਹਾਡੀ ਫੈਮਿਲੀ ਹੈ ਤੁਸੀਂ ਹਸਬੰਡ ਵਾਈਫ ਹੋਣ ਦੋ ਬੱਚੇ ਹੈ ਤਾਂ ਸਾਰੀ ਫੈਮਿਲੀ ਵਾਸਤੇ ਵੀ ਇਹ ਪਲਾਨ ਲੈ ਸਕਦੇ ਹੋ ਇੱਥੇ ਉਹਨਾਂ ਨੂੰ ਐਡ ਕਰਕੇ ਉਸ ਤੋਂ ਬਾਅਦ ਫੋਨ ਨੰਬਰ ਹੋ ਗਿਆ ਤੁਹਾਡੀ ਈਮੇਲ ਐਡਰੈਸ ਹੋ ਗਈ ਤੁਹਾਡਾ ਐਡਰੈਸ ਹੋ ਗਿਆ ਉਸ ਤੋਂ ਬਾਅਦ ਇੱਕ ਚੀਜ਼ ਇੱਥੇ ਨੋਟ ਕਰ ਲਿਓ ਇਹ ਪਲਾਨ ਜਿਹੜੇ ਅਵੇਲੇਬਲ ਹੈਗੇ ਆ ਆ ਪ੍ਰੋਵਿੰਸਸ ਦੇ ਵਿੱਚ ਨਹੀਂ ਹੈਗੇ ਅਵੇਲੇਬਲ ਠੀਕ ਹੈ ਧਿਆਨ ਦਿਓ ਇਹ ਪ੍ਰੋਵਿੰਸ ਦੇ ਵਿੱਚ ਰਹਿੰਦੇ ਹੋ ਤੁਸੀਂ ਇਹ ਪਲਾਨ ਨਹੀਂ ਬਾਇ ਕਰਨੇ ਉਮਤ ਨੂੰ ਡਿਫਰੈਂਟ ਦਸਾਂਗਾ ਉਸ ਤੋਂ ਬਾਅਦ ਇਹ ਪੁੱਛ ਰਿਹਾ ਡੂ ਯੂ অর ਐਨੀ ਅਦਰ ਕਵਰਡ ਪਰਸਨ ਹੈਵ ਐਡੀਸ਼ਨਲ ਕਵਰੇਜ ਵਿਦ ਜੀਐਮਐਸ অর ਐਨੀ ਅਦਰ ਵੀ ਤੁਹਾਡੇ ਕੋਲੇ ਜੇ ਕੋਈ ਪਹਿਲਾਂ ਤੋਂ ਕਵਰੇਜ ਚੱਲ ਰਹੀ ਹੈ ਇਹੋ ਜੀ ਜਾਂ ਤੁਹਾਡੀ ਵਾਈਫ ਜਿਵੇਂ ਕੋਈ ਜੌਬ ਕਰਦੀ ਹੈ ਤਾ ਉਹਨੂੰ ਉੱਥੋਂ ਬੈਨੀਫਿਟ ਮਿਲੇ ਹੋਏ ਹੈ ਤਾਂ ਉਹ ਇੱਥੇ ਜੈਸਸ ਕਰਨਾ ਹੈ ਅਦਰਵਾਈਜ਼ ਇੱਥੇ ਨੋ ਕਰਨਾ ਉਸ ਤੋਂ ਬਾਅਦ ਇੱਥੇ ਕੀ ਤੁਸੀਂ ਕੋਈ ਹੋਰ ਪਹਿਲਾਂ ਪਲਾਨ ਤੁਹਾਡਾ ਚੱਲ ਰਿਹਾ ਸੀ ਦਵਾਈਆਂ ਦਾ ਜਾਂ ਡੈਂਟਲ ਪਲਾਨ ਉਹਨੂੰ ਰਿਪਲੇਸ ਕਰ ਰਹੇ ਹੋ ਇੱਥੇ ਜੈਸ ਵੀ ਕਰ ਸਕਦੇ ਹੋ ਨੋ ਵੀ ਕਿਉਂਕਿ ਆਪਾਂ ਨਵਾਂ ਪਲਾਨ ਬਾਈ ਕਰ ਰਹੇ ਹਾਂ ਤਾਂ ਆਪਾਂ ਇੱਥੇ ਨੋ ਕਰਾਂਗੇ ਉਸ ਤੋਂ ਬਾਅਦ ਨੈਕਸਟ ਤੇ ਕਲਿੱਕ ਕਰ ਦੇਣਾ ਨੈਕਸਟ ਤੇ ਕਲਿੱਕ ਕਰਕੇ ਆਪਣੀ ਇਨਫੋਰਮੇਸ਼ਨ ਬੈਂਕਿੰਗ ਦੀ ਫਿਲ ਕਰਕੇ ਜਿਹੜਾ ਪਲਾਨ ਹੈ ਸੀ ਬਾਈ ਕਰ ਸਕਦੇ ਹਾਂ ਸੋ ਇਸ ਤਰ੍ਹਾਂ ਸੀ ਹੈਲਥ ਐਂਡ ਡੈਂਟਲ ਪਲਾਨ ਬਾਈ ਕਰ ਸਕਦੇ ਹਾਂ ਉਹਦੇ ਬਾਰੇ ਪੜ੍ਹ ਸਕਦੇ ਹਾਂ ਈਮੇਲ ਕਰ ਲਿਓ ਆਪਣੇ ਆਪ ਨੂੰ ਈਮੇਲ ਕਰਕੇ ਉਸ ਦੇ ਬਾਰੇ ਪੜ੍ਹ ਸਕਦੇ ਹੋ ਤੁਹਾਨੂੰ ਇਨਫੋਰਮੇਸ਼ਨ ਮਿਲ ਜੇਗੀ ਕਿ ਕੀ ਕੁਝ ਕਵਰ ਹੈ ਕਿੰਨਾ ਕਵਰ ਹੈ ਕਿੰਨਾ ਨਹੀਂ ਕਵਰ ਹੈ ਜੇਕਰ ਤੋਂ ਨੂੰ ਨਹੀਂ ਪਸੰਦ ਆਇਆ ਪਲਾਨ ਤਾਂ ਪਲਾਨ ਜੇਕਰ ਤੁਸੀਂ ਇੱਥੋਂ ਬਾਈ ਕੀਤਾ ਹੋ ਤਾਂ ਆਪਾਂ ਤੁਹਾਡਾ ਕੈਨਸਲ ਵੀ ਕਰਵਾ ਦੇਗੇ ਕੈਨਸਲ ਵੀ ਹੋ ਜਾਏਗਾ ਕੋਈ ਚਾਰਜ ਨਹੀਂ ਪੈਂਦੀ ਕੈਨਸਲੇਸ਼ਨ ਦੇ ਅ ਤੀਸਰਾ ਕਈ ਵਾਰ ਕੀ ਹੈ ਕਿ ਆਪਾਂ ਜਾਣੇ ਆ ਡਾਕਟਰ ਦੇ ਜਾਂ ਕਿਤੇ ਜਾਣੇ ਉਹ ਕਹਿੰਦੇ ਵੀ ਇਹ ਇੰਸ਼ੋਰੈਂਸ ਕੰਮ ਨਹੀਂ ਕਰਦੀ ਤੁਸੀਂ ਕਲੇਮ ਪਾ ਲਿਓ ਬਾਅਦ ਚ ਤਾਂ ਇਹ অপਸ਼ਨ ਵੀ ਹੋਏਗੀ ਤੁਹਾਡਾ ਪੋਰਟਲ ਬਣ ਜਾਏਗਾ ਪ੍ਰੋਪਰ ਤੁਹਾਨੂੰ ਡਾਕਟਰ ਤੋਂ ਰਸੀਦ ਲੈਣੀ ਪਊਗੀ ਤੇ ਉਹ ਤੁਸੀਂ ਜਿਹੜੀ ਰਸੀਦ ਹੈ ਇੱਥੇ ਅਪਲੋਡ ਕਰਕੇ ਕੰਪਨੀ ਤੋਂ ਪੈਸੇ ਕਲੇਮ ਕਰ ਸਕੋਗੇ ਸੋ ਇਸ ਤਰ੍ਹਾਂ ਤੁਸੀਂ इजीली ਪਲਾਨ ਐਡ ਬਾਈ ਕਰ ਸਕਦੇ ਹੋ ਹੈਲਥ ਐਂਡ ਡੈਂਟਲ ਤੇ ਆਪਣੇ ਵਾਸਤੇ ਯੂਜ਼ ਕਰ ਸਕਦੇ ਹੋ ਅੱਗੇ ਸ਼ੇਅਰ ਜਰੂਰ ਕਰ ਦਿਓ ਵੀਡੀਓ ਨੂੰ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਇਨਫੋਰਮੇਸ਼ਨ ਜਿਹੜੀ ਇੰਸ਼ੋਰੈਂਸ ਦੇ ਰਿਗਾਰਡਿੰਗ एयर ਟਿਕਟ ਦੇ ਰਿਗਾਰਡਿੰਗ ਤੁਹਾਡੇ ਤੱਕ ਸਮੇਂ ਸਮੇਂ ਤੇ ਪਹੁੰਚ ਜੇ ਹੈ ਧੰਨਵਾਦ